ਸ਼੍ਰੀ ਕਾਲ ਜੀ ਤੁਸੀਂ ਪ੍ਰਾਈਮ ਸ਼ਾ ਟੈਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਹਰ ਰੋਜ਼ ਦੀ ਤਰ੍ਹਾਂ ਹੀ ਮੌਸਮ ਵਿਭਾਗ ਨੇ ਇਹ ਗੱਲ ਕਹੀ ਆ ਕਿ 5 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਪਹਿਲੀ ਬਰਫਬਾਰੀ ਇਸ ਸੀਜ਼ਨ ਦੀ ਹੋਣੀ ਹੈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਬੱਦਲਬਾਜ਼ੀ ਦਾ ਮੌਸਮ ਰਹਿਣ ਦੀ ਸੰਭਾਵਨਾ ਤੇ ਜੇਕਰ ਪੰਜਾਬ ਦੇ ਵਿੱਚ ਬੱਦਲਬਾਜ਼ੀ ਰਹੀ ਤਾਂ ਪੰਜਾਬ ਦੇ ਵਿੱਚ ਮਤਲਬ ਇਹ ਆ ਕਿ ਠੰਡ ਹੋਣ ਦੀ ਸੰਭਾਵਨਾ ਵਧ ਗਈ ਜੇ ਪੰਜਾਬ ਦੇ ਵਿੱਚ ਜਿਵੇਂ ਕਿ ਪਿਛਲੇ ਦਿਨੀ ਕਿਹਾ ਗਿਆ ਸੀ ਵੀ ਕਣੀਆਂ ਪੈ ਗਈਆਂ ਤਾਂ ਉਸ ਤੋਂ ਬਾਅਦ ਠੰਡ ਦੀ ਆਮਦ ਇੱਕਦਮ ਹੋ ਜਾਣੀ ਆ ਸੋ ਕਹਿੰਦੇ ਤਾਂ ਭਾਵੇਂ ਇਹ ਜੀ ਕਿ ਇਸ ਵੇਲੇ ਜਿਹੜੀ ਧੁੱਪ ਨਿਕਲ ਰਹੀ ਆ ਵਕਤੀ ਤੌਰ ਦੇ ਉੱਤੇ ਸਾਰਾ ਕੁਝ ਠੀਕ ਲੱਗਦਾ 2-3 ਦਿਨ ਪੰਜਾਬ ਦੇ ਵਿੱਚ ਮੌਸਮ ਠੀਕ ਰਹਿਣ ਦੀ ਆਸ ਆ ਪਰ ਮੰਨਿਆ ਜਾ ਰਿਹਾ ਵੀ ਜੇਕਰ ਹਿਮਾਚਲ ਪ੍ਰਦੇਸ਼ ਤਾਂ ਉਰੇ ਪਰੇ ਮੌਸਮ ਦੇ ਵਿੱਚ ਤਬਦੀਲੀ ਆਈ ਉਹਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ ਲਗਭਗ ਝੋਨਾ ਵੱਢਿਆ ਜਾ ਚੁੱਕਿਆ ਬਹੁਤ ਘੱਟ ਥਾਵਾਂ ਦੇ ਉੱਤੇ ਝੋਨਾ ਜਿਹੜਾ ਉਹ ਦੇਖਣ ਨੂੰ ਮਿਲਦਾ ਬਾਕੀ ਮੇਰਾ ਖਿਆਲ ਅਭੀ 10-15 ਫੀਸਦੀ ਸ਼ਾਇਰ ਥਾਵਾਂ ਦੇ ਉਤੇ ਚੋਨਾ ਬਾਕੀ ਹੋਊਗਾ ਪਰ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਹ ਚੋਨੇ ਦੀ ਵਾੜੀ ਦਾ ਕੰਮ ਮੁਕੰਮਲ ਕਰ ਚੁੱਕੇ ਆ ਪਰ ਇੱਕ ਦਲ ਹੋਰ ਕਣੀ ਬਣਦੀ ਆ ਹਰ ਰੋਜ਼ ਖਬਰਾਂ ਆ ਰਹੀਆਂ ਪੰਜਾਬ ਦੇ ਵਿੱਚ ਕਿ ਪਰਾਲੀ ਨੂੰ ਅੱਗ ਬਹੁਤ ਲੱਗ ਰਹੀ ਆ ਅਸੀਂ ਇਸ ਖਬਰ ਨੂੰ ਕਾਹ ਦੇ ਨਾਲ ਸਾਂਝੀ ਕਰਦੇ ਰਹੇ ਆ ਇੱਕ ਹਫਤਾ ਪਹਿਲਾਂ ਤੱਕ ਵੀ ਇਤਕੀ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਘਟ ਲੱਗ ਰਹੀ ਆ ਪਰ ਹੁਣ ਜਿਸ ਤਰੀਕੇ ਨਾਲ ਰਾਜਨੀਤੀ ਵਿਛੜੀ ਆ ਤੇ ਜਿਸ ਤਰੀਕੇ ਦੇ ਨਾਲ ਧੂਆਂ ਰੋਲ ਵੀ ਹੋ ਰਿਹਾ ਉਹ ਦੇਲੀ ਸਰਕਾਰ ਤੇ ਕਿਸਾਨ ਦੋਹਾਂ ਦੇ ਉੱਤੇ ਸਵਾਲ ਆ। ਕਿਸਾਨ ਕਹਿੰਦੇ ਸਰਕਾਰ ਕੁਝ ਨਹੀਂ ਕਰਦੀ, ਸਰਕਾਰ ਕਹਿੰਦੀ ਕਿਸਾਨ ਨਹੀਂ ਮੰਨਦੇ। ਭਾਵੇਂ ਸਰਕਾਰ ਮੰਨਦੀ ਜਾਂ ਨਹੀਂ ਮੰਨਦੀ, ਭਾਵੇਂ ਕਿਸਾਨਾਂ ਦੀ ਕੋਈ ਮਜਬੂਰੀ ਹੈ ਜਾਂ ਨਹੀਂ, ਪਰ ਧਰਤੀ ਸਾਡੀ ਆਪਣੀ ਆ ਤੇ ਧਰਤੀ ਦੀ ਹੱਕ ਨੂੰ ਅਸੀਂ ਸਾੜੀ ਜਾਣੇ ਆ। ਨਾ ਭਗਵੰਤ ਮਾਨ ਦਾ ਨੁਕਸਾਨ ਆ, ਨਾ ਅਕਾਲੀ ਦਲ ਦਾ ਨੁਕਸਾਨ ਆ, ਨਾ ਹੀ ਭਾਜਪੀ ਦਾ ਨੁਕਸਾਨ ਆ। ਸਾਡੇ ਆਪਣੇ ਖੇਤ ਆ ਤੇ ਅਸੀਂ ਆਪਣੇ ਖੇਤਾਂ ਦੀ ਅਸੀਂ ਆਪਣੇ ਵਾਣ ਦੀ ਹੱਕ ਮਚਾਰੇ ਆ। ਆਉਂਦੇ ਸਮੇਂ ਦੇ ਵਿੱਚ ਸਾਡੇ ਮੂਰੀ ਇਹ ਸਮੱਸਿਆਵਾਂ ਆਉਣੀਆਂ। ਪਰ ਉਹ ਵੀ ਕਿਸਾਨ ਆ ਜਿਹੜੇ ਕਿ 2 ਏਕੜ 3 ਏਕੜ 5 ਏਕੜ ਜ਼ਮੀਨ ਦੇ ਮਾਲਕ ਆ ਤੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਪਰਾਲੀ ਦੀ ਸਾਮ ਸੰਭਾਲ ਕੀਤੀ ਆ ਮਤਲਬ ਇਹ ਆ ਵੀ ਜਿਨੇ ਇਰਾਦਾ ਪੱਕਾ ਕਰ ਲਿਆ ਉਹਨੇ ਸੰਭਾਲ ਕਰ ਲਈ ਜਿਹਦਾ ਇਰਾਦਾ ਪੱਕਾ ਨਹੀਂ ਉਹਨੇ ਅਗਲਾਤੀ ਤੇ ਹੁਣ ਪੰਜਾਬ ਦੇ ਖੇਤੀਬਾੜੀ ਮੰਤਰੀ ਸਾਹਿਬ ਕਹਿੰਨੇ ਵੀ ਹਰਿਆਣੇ ਦੇ ਵਿੱਚ ਪੰਜਾਬ ਦਾ ਧੂਆ ਜਾ ਨਹੀਂ ਸਕਦਾ ਇਹ ਸਿਰਫ ਰਾਜਨੀਤੀ ਆ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਹਿੰਨੇ ਪੰਜਾਬ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ 13000 ਤੋਂ ਵੱਧ ਪਰਾਲੀ ਦੇ ਮਾਮਲੇ ਸਾਹਮਣੇ ਆਏ ਆ ਗਵਾਂਡੀ ਸੂਬੇ ਦੇ ਵਿੱਚ ਹੈ ਬੜਾ ਕੋਈ ਸਾਡੇ ਸੂਬੇ ਦੇ ਵਿੱਚ ਕਰੇ ਸਿਰਫ 10% ਦੀ ਅੱਗ ਲੱਗੀ ਹੈ ਉਧਰੋਂ ਪੰਜਾਬ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ ਹਿਮਾਚਲ ਤੇ ਹਰਿਆਣੇ ਵੱਲੋਂ ਧੂਆਂ ਆ ਰਿਹਾ ਹਰਿਆਣੇ ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਪੰਜਾਬ ਦਾ ਧੂਆਂ ਇਧਰ ਤੰਗ ਕਰ ਰਿਹਾ ਪਰ ਸੱਚੀ ਮੁੱਚੀ ਧੂਆਂ ਤਾਂ ਧੂਆਂ ਹੀ ਆ ਇਹ ਧੂਆਂ ਮੈਂ ਪੈਦਾ ਕੀਤਾ ਹੋਵੇ ਇਹ ਧੂਆਂ ਤੁਸੀਂ ਪੈਦਾ ਕੀਤਾ ਹੋਵੇ ਤੇ ਜੇਕਰ ਅਸੀਂ ਧੂਆਂ ਪੈਦਾ ਕਰਦੇ ਹਾਂ ਅਸੀਂ ਗੁਰੂ ਵਾਲੇ ਤਾਂ ਨਹੀਂ ਇਹ ਤਾਂ ਗੱਲ ਪੱਕੀ ਹੈ ਕਿਉਂਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਕਿਹਾ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਪਰ ਅਸੀਂ ਕੁਦਰਤ ਨੂੰ ਬਚਾਉਣੇ ਕਿੰਨੇ ਕਾ ਦਲੀਲਾਂ ਬਹੁਤ ਸਾਰੀਆਂ ਨੇ ਕਾਰਨ ਬਹੁਤ ਸਾਰੇ ਨੇ ਪਰ ਸਾਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਾਉਗੀ ਔਖੇ ਸੌਖੇ ਨਿਭਾਉਣੀ ਪਾਉਗੀ ਜੇ ਆਪਾਂ ਇਹ ਗੱਲ ਕਹਿੰਗੇ ਵੀ ਸਾਰਾ ਕੁਝ ਸਰਕਾਰ ਕਰੂਗੀ ਸਰਕਾਰ ਨੇ ਕਦੇ ਕੁਝ ਕੀਤਾ ਨਹੀਂ ਤੇ ਸੰਭਾਵਨਾ ਵੀ ਘਟਾ ਪਰ ਸਾਨੂੰ ਆਪ ਹੀ ਵਾਤਾਵਰਨ ਬਚਾਉਣਾ ਪੈਣਾ ਆਪ ਹੀ ਨਟਕੇ ਇਸ ਮਾਮਲੇ 'ਚ ਅੱਗੇ ਆਉਣਾ ਪੈਣਾ ਜਿਹੜੇ ਲੋਕਾਂ ਨੇ ਇਤਕੀ ਅੱਗ ਨਹੀਂ ਲਾਈ ਉਹਨਾਂ ਦਾ ਧੰਨਵਾਦ ਆ ਸਲਾਮ ਕਰਦੇ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਇਸ ਵੇਲੇ ਮੋਰਬੀ ਖੇਤਰ ਦੇ ਵਿੱਚ ਗੁਜਰਾਤ ਦੇ ਵਿੱਚ ਜੋ ਪੁਲ ਟੁੱਟਿਆ ਬ੍ਰਿਜ ਟੁੱਟਿਆ ਤੇ ਉਸ ਤੋਂ ਬਾਅਦ ਰਾਜਨੀਤੀ ਦੇ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਮੋਦੀ ਸਾਹਿਬ ਲੰਘੇ ਕੱਲ ਇਥੇ ਮੋਰਬੀ ਖੇਤਰ ਦੇ ਵਿੱਚ ਗਏ ਹਸਪਤਾਲ ਦੇ ਵਿੱਚ ਪੀੜਿਤ ਪਰਿਵਾਰਕ ਮੈਂਬਰਾਂ ਦਾ ਹਾਲਚਲ ਪੁੱਛਣ ਦੇ ਲਈ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੇ ਲਈ ਜ਼ਖਮਾਂ ਦਾ ਹਾਲਚਲ ਜਾਣਨ ਦੇ ਲਈ ਉੱਥੇ ਇੱਕ ਨਵਾਂ ਡਰਾਮਾ ਹੋ ਗਿਆ ਕਿਉਂਕਿ ਪਤਾ ਲੱਗਾ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਜਾਣ ਤੋਂ ਪਹਿਲਾਂ ਰਾਤੋਂ ਰਾਤ ਹਸਪਤਾਲ ਨੂੰ ਟਰੜਟਣ ਕਰਤਾ ਕਮਰਿਆਂ ਦੇ ਵਿੱਚ ਰੰਗ ਰੋਗਨ ਹੋ ਰਿਹਾ ਜੋੜੀਆਂ ਪੱਲੇ ਲੱਗ ਰਹੇ ਆ ਟਾਇਲਟ ਸੀਟਾਂ ਬਦਲੀਆਂ ਜਾ ਰਹੀਆਂ ਉੱਥੇ ਫਰਨੀਚਰ ਨਵਾਂ ਆ ਰਿਹਾ ਨਵੇਂ ਬੈੱਡ ਲੱਗ ਰਹੇ ਆ ਗੱਦੇ ਚਾਦਰਾਂ ਸਭ ਕੁਝ ਨਵਾਂ ਪਰ ਜੇਕਰ ਪ੍ਰਧਾਨ ਮੰਤਰੀ ਸਾਹਿਬ ਨਾ ਆਉਂਦੇ ਤਾਂ ਇਹ ਹਸਪਤਾਲ ਕੁਆੜ ਵਰਗਾ ਤੇ ਜੇਕਰ ਪ੍ਰਧਾਨ ਮੰਤਰੀ ਸਾਹਿਬ ਆਉਣੇ ਆ ਤਾਂ ਇਸ ਹਸਪਤਾਲ ਨੂੰ ਸ਼ਿੰਗਾਰ ਦਿੱਤਾ ਗਿਆ ਯਾਨੀ ਕਿ ਹੋ ਸਭ ਕੁਝ ਸਕਦਾ ਨੀਤਾ ਮਾੜੀਆਂ ਸਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਹੋ ਸਭ ਕੁਝ ਸਕਦਾ ਪਰ ਆਮ ਲੋਕਾਂ ਲਈ ਨਹੀਂ ਕਰਨਾ ਇਹ ਸਿਰਫ ਦਿਖਾਵੇ ਲਈ ਕਰਨਾ ਕਿ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਆ ਜੇ ਉਹ ਨਾ ਆਉਂਦੇ ਤਾਂ ਫਿਰ ਇਹਨਾਂ ਨੇ ਹੁਣ ਤੱਕ ਜਿਵੇਂ ਚੱਲਦਾ ਸੀ ਉਵੇਂ ਚੱਲੀ ਜਾਣਾ ਸੀ ਮੈਂ ਕੱਲ ਇੱਕ ਗੱਲ ਤੇ ਹੈਰਾਨ ਰਹਿ ਗਿਆ ਭਾਜਪਾ ਦਾ ਇੱਕ ਨੀਤਾ ਕਹਿੰਦਾ ਕਹਿੰਦਾ ਜੀ ਦੀਵਾਲੀ ਤੋਂ ਬਾਅਦ ਨਾ ਕਈ ਥਾਵਾਂ ਦੇ ਉੱਤੇ ਸਾਬ ਸਫਾਈ ਦਾ ਪ੍ਰੋਗਰਾਮ ਚੱਲਦਾ ਹੁੰਦਾ ਇਹ ਤਾਂ ਉਸ ਪ੍ਰਕਿਰਿਆ ਦਾ ਹਿੱਸਾ ਸੀ ਤੇ ਕੀ ਭਾਰਤ ਦੇ ਬਾਕੀ ਹਿੱਸੇ ਨੇ ਵਿੱਚ ਦੀਵਾਲੀ ਨਹੀਂ ਮਨਾਉਂਦੇ ਕੀ ਦੀਵਾਲੀ ਤੋਂ ਬਾਅਦ ਸਾਰੇ ਹੀ ਹਸਪਤਾਲਾਂ ਦੇ ਰੰਗ ਰੋਗਰ ਇੰਨੀ ਹੋਏ ਆ ਕਿ ਸਾਰੇ ਹਸਪਤਾਲਾਂ ਦੇ ਵਿੱਚ ਪ੍ਰਬੰਧ ਈਵੇਂ ਕੀਤੇ ਗਏ ਆ ਸੋ ਕੁਝ ਨਾ ਕੋਈ ਤਾਂ ਸੋਚਣਾ ਚਾਹੀਦਾ ਵੀ ਅਸੀਂ ਛੁਰਲੀ ਕਿਹੜੀ ਛੱਡ ਰਹੇ ਆ ਲੋਕ ਕਿਵੇਂ ਮਰ ਗਏ ਉੱਥੇ ਤੇ ਆਪਾਂ ਕਿਹੋ ਜਿਹੀਆਂ ਰਾਜਨੀਤਿਕਾਂ ਕਰ ਰਹੇ ਆ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਕਿਵੇਂ ਕਿਵੇਂ ਮਿ ਤੇ ਫਿਰ ਕਰਾਂਗੇ ਟਿੱਪਣੀ ਗੁਜਰਾਤ ਦੇ ਵਿੱਚ ਬ੍ਰਿਜ ਹਾਰਸੇ ਦੇ ਦੋੜਨ ਬਾਅਦ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਮੋਰਬੀ ਪਹੁੰਚੇ ਉਹਨਾਂ ਨੇ ਸਿਵਲ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਮਿਲ ਕੇ ਉਹਨਾਂ ਦਾ ਹਾਲਚਲ ਪੁੱਛਿਆ ਇਸ ਤੋਂ ਬਾਅਦ ਉਹ ਆਪਣੇ ਨੂੰ ਗਵਾ ਦੇਣ ਵਾਲੇ ਪਰਿਵਾਰਾਂ ਦੇ ਨਾਲ ਐਸਪੀ ਦਫਤਰ ਦੇ ਵਿੱਚ ਮਿਲੇ ਉਹਨਾਂ ਨੇ ਇੱਥੇ ਅਫਸਰਾਂ ਨਾਲ ਮੀਟਿੰਗ ਵੀ ਕੀਤੀ ਮੋਰਬੀ ਆਉਂਦੇ ਹੀ ਪੀਐਮ ਨੇ ਸਭ ਤੋਂ ਪਹਿਲਾਂ ਘਟਨਾ ਸਥਾਨ ਤੇ ਪਹੁੰਚ ਕੇ ਮੱਛੂ ਨਦੀ ਉੱਤੇ ਟੁੱਟੇ ਬ੍ਰਿਜ ਦਾ ਮੌਹਨ ਨਾ ਕੀਤਾ ਮੋਰਬੀ ਦੇ ਵਿੱਚ 30 ਅਕਤੂਬਰ ਦੀ ਸ਼ਾਮ ਨੂੰ ਹੋਏ ਪੁਲ ਹਾਰਸੇ ਦੇ ਵਿੱਚ ਹੁਣ ਤੱਕ 135 ਤੋਂ ਵੱਧ ਲਾਸ਼ਾਂ ਮਰਨ ਦੀ ਹੋਈਆਂ ਨੇ ਲਾਸ਼ਾਂ ਦੀ ਗਿਣਤੀ ਮੰਗਲਵਾਰ ਨੂੰ ਵਿਚਾਰੀ ਕੀਤੀ ਗਈ ਹੈ ਤੇ ਐਨਡੀਆਰਫ ਦੇ ਮੁਤਾਬਕ ਨਦੀ ਦੇ ਵਿੱਚ ਦੋ ਹੋਰ ਲਾਸ਼ਾਂ ਫਸੀਆਂ ਹੋ ਸਕਦੀਆਂ ਨੇ 125 ਲੋਕਾਂ ਦੀ ਟੀਮ ਤੇ 15 ਕਿਸ਼ਤਾਂ ਦੇ ਨਾਲ ਗੋਤਾਖੋਰ ਪਹਾਲ ਕਰ ਰਹੇ ਨੇ ਗੁਜਰਾਤ ਦੇ ਵਿੱਚ ਬੁੱਧਵਾਰ ਨੂੰ ਯਾਨੀ ਕਿ ਅੱਜ ਇੱਕ ਦਿਨ ਦਾ ਰਾਜਪਦਰੀ ਸ਼ੋਕ ਸਮਾਗਮ ਕੀਤਾ ਜਾ ਰਿਹਾ ਇੱਥੇ ਵੀ ਦਸਰਾਂ ਬੰਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਪੀੜਤਾਂ ਦੇ ਨਾਲ ਅਸੀਂ ਖੜੇ ਹਾਂ ਤੇ ਗੁਜਰਾਤ ਦੀ ਸਰਕਾਰ ਦੇ ਵੱਲੋਂ 2-2 ਲੱਖ ਰੁਪਈਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ 50-50 ਹਜ਼ਾਰ ਰੁਪਈਆ ਜ਼ਖਮੀਆਂ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਹਾਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਾਰਸਾ ਵਾਪਰੇ ਆ ਬਹੁਤ ਮਾੜਾ ਹੋਇਆ। ਇਹੋ ਜਿਹਾ ਕਿਤੇ ਵੀ ਨਾ ਵਾਪਰੇ ਇਹਦੀ ਅਸੀਂ ਅਰਦਾਸ ਕਰਦੇ ਆ। ਪਰ ਹਾਰਸਾ ਵਾਪਰਨ ਤੋਂ ਪਹਿਲਾਂ ਤੇ ਹਾਰਸਾ ਵਾਪਰਨ ਤੋਂ ਬਾਅਦ ਕੀ ਕੀ ਕੁਝ ਹੋ ਰਿਹਾ ਇਹਦੇ ਵੱਲ ਤੁਸੀਂ ਜਦੋਂ ਝਾਤ ਮਾਰੋਗੇ ਤਾਂ ਹੈਰਾਨ ਹੋ ਜਾਓਗੇ। ਕੀ ਤੁਸੀਂ ਇਸ ਗੱਲ ਦਾ ਕਿਆਸ ਕਰ ਸਕਦੇ ਹੋ? ਵੀ ਐਫ ਆਈ ਆਰ ਕਿਹੜੇ ਲੋਕਾਂ ਦੇ ਉੱਤੇ ਕੀਤੀ ਗਈ ਹੈ ਜਿਹਨਾਂ ਦਾ ਕਸੂਰ ਕੋਈ ਨਹੀਂਗਾ ਜਿਹੜੀ ਕੰਪਨੀ ਨੇ ਠੇਕਾ ਲਿਆ ਸੀ 2037 ਤੱਕ ਦੇ ਲਈ ਕਿ ਅਸੀਂ ਇਹਦੀ ਸਾਮ ਸੰਭਾਲ ਕਰਨੀ ਤੇ ਪੈਸੇ ਵਟਣੇ ਆ ਉਹਦੇ ਕਿਸੇ ਅਧਿਕਾਰੀ ਦੇ ਉੱਤੇ ਉਹਦੇ ਮੈਨੇਜਰ ਦੇ ਉੱਤੇ ਉਹਦੇ ਚੇਅਰਮੈਨ ਦੇ ਉੱਤੇ ਉਹਦੇ ਮਾਲਕ ਦੇ ਉੱਤੇ ਬਿਲਕੁਲ ਪਰਚਾ ਦਰਜ ਨਹੀਂ ਹੋਇਆ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਜਿਹੜੇ ਕਾਉਂਸਲ ਦੇ ਅਧਿਕਾਰੀ ਆ ਜਿਨ੍ਹਾਂ ਨੇ ਇਸ ਮਾਮਲੇ ਦੇ ਉੱਤੇ ਅੰਗਿਲੀ ਵਰਤੀ ਆ ਕਿਉਂਕਿ 5 ਦਿਨ ਤੋਂ ਇਹ ਪੁਲ ਦੀਵਾਲੀ ਤੋਂ ਬਾਅਦ ਲਗਾਤਾਰ ਚੱਲ ਰਿਹਾ ਸੀ ਤੇ ਕਿਸੇ ਨੇ ਫਿਟਨੈਸ ਦਾ ਸਰਟੀਫਿਕੇਟ ਦਿੱਤਾ ਨਹੀਂਗਾ ਕਿਸੇ ਨੇ ਦੇਖਿਆ ਨਹੀਂ ਵੀ ਭਾਈ ਇਹਨੇ ਖੋਲਕੋਟ ਤਾਲੂਕਾਂ ਦੇ ਤਰ੍ਹਾਂ ਫਰੰਦੇ ਲਈ ਉਹਨਾਂ ਦੇ ਵਿੱਚੋਂ ਕਿਸੇ ਅਧਿਕਾਰੀ ਦੇ ਉੱਤੇ ਕੋਈ ਪਰਚਾ ਦਰਜ ਨਹੀਂ ਹੋਇਆ ਤੇ ਬੜੀ ਦੇ ਬਕਰੇ ਕੌਣ ਬਣਾਏ ਗਏ ਆ 7-8 ਬੰਦੇ ਜਿਹੜੇ ਲੋਕਾਂ ਦਾ ਕਸੂਰ ਕੋਈ ਨਹੀਂ ਦੋ ਤਿੰਨ ਜਣੇ ਉਹ ਫੜਲੇ ਜਿਹੜੇ ਕਿ ਉੱਥੇ ਟਿਕਟਾਂ ਘਟਦੇ ਸੀ ਦੋ ਤਿੰਨ ਜਣੇ ਉਹ ਫਸਾਤੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਇੱਥੇ ਸਫਾਈ ਦਾ ਕੰਮ ਕਰਦੇ ਸੀ ਦੋ ਤਿੰਨ ਕਲਰਕਾਂ ਦੇ ਉੱਤੇ ਪਰਚਾ ਦਰਜ ਕਰ ਲਿਆ ਯਾਨੀ ਕਿ ਵੱਡੇ ਲੋਕਾਂ ਨੂੰ ਬਚਾ ਲਿਆ ਤੇ ਮਾਤੜ ਲੋਕਾਂ ਨੂੰ ਫਸਾ ਲਿਆ ਉਹ ਵੀ ਲੋਕਾਂ ਦੀਆਂ ਅੱਖਾਂ ਪੁੰਜਣ ਦੇ ਲਈ ਵੀ ਦੇਖੋ ਅਸੀਂ ਕਿੰਨੀ ਤਕੜੀ ਕਾਰਵਾਈ ਕਰਦੇ ਆ ਅਸੀਂ ਕੱਲ ਵੀ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਜਿਹੜੀ ਕੰਪਨੀ LED ਬਲਬ ਤੇ ਘੜੀਆਂ ਬਣਾਉਣ ਦਾ ਕੰਮ ਕਰਦੀ ਆ ਉਸ ਕੰਪਨੀ ਨੂੰ ਤੁਸੀਂ ਚੱਕ ਕੇ ਪੁਲ ਦਾ ਠੇਕਾ ਦਿੱਤਾ ਵੀ ਭਾਈ ਬ੍ਰਿਜ ਤੂੰ ਬਣਾਉਣਾ ਉਹਨਾਂ ਨੇ ਫਿਰ ਬ੍ਰਿਜ ਬਣਾਤਾ ਇਹ ਤਾਂ ਗੁਜਰਾਤ ਦੇ ਵਿੱਚ ਆਪਾਂ ਜਾਣਦੇ ਆ ਵੱਡੇ ਪਦਰ ਨੇ ਉੱਤੇ ਛੱਟ ਪੂਜਾ ਦੇ ਤੇ ਉਹ ਹਰ ਬਣਾਇਆ ਜਾਂਦਾ ਤੇ ਰੁਪਈਏ ਵੱਧ ਕਮਾਉਣ ਦੇ ਚੱਕਰ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਰਤਾ ਉਹਨਾਂ ਨੇ ਤਾਂ 10000 ਬੰਦਾ ਲਗਭਗ 10000 ਬੰਦਾ ਚਾਰ ਪੰਜ ਨੰਨਾਂ ਦੇ ਵਿੱਚ ਇਸ ਪੁਲ ਤੋਂ ਟੱਪਾਤਾ ਹੁਣ ਹਰਿਆਣਾ ਦਾ ਇੱਕ ਰਾਜ ਸਭਾ ਦਾ ਨੰਬਰ ਹੈ ਜੰਗੜਾ ਸਾਹਿਬ ਉਹਨਾਂ ਦਾ ਨਾਂ ਉਹ ਪਤਾ ਕੀ ਕਹਿੰਦੇ ਕਹਿੰਦੇ ਜੀ ਦੇਖੋ ਲੋਕ ਵਿਚਾਲੇ ਜਾ ਕੇ ਝੂਲਾ ਝੂਲੀ ਜਾਂਦੇ ਸੀ ਤੇ ਇਹ ਤਾਂ ਕੰਪਨੀ ਦਾ ਕਸੂਰ ਆ ਤੇ ਲੋਕਾਂ ਦਾ ਕਸੂਰ ਆ ਇਹ ਹਾਰਸੇ ਵਾਪਰ ਜਾਂਦੇ ਆ ਯਾਨੀ ਕਿ ਉਹਨਾਂ ਨੇ ਲੋਕਾਂ ਦਾ ਕਸੂਰ ਕੱਢਤਾ ਮੈਂ ਨਹੀਂ ਕਹਦਾ ਲੋਕ ਗਲਤ ਨਹੀਂ ਲੋਕਾਂ ਨੂੰ ਇਦਾਂ ਝੂਲਾ ਨਹੀਂ ਝੂਲਣਾ ਚਾਹੀਦਾ ਪਰ ਗੱਲ ਇਹ ਆ ਵੀ ਆਪਾਂ ਕਿਸੇ ਨੂੰ ਉੱਥੇ ਲਾਇਆ ਸੀ ਵੀ ਭਾਈ ਜੇਕਰ ਕੋਈ ਇਦਾਂ ਕਰੇ ਤੁਹਾਨੂੰ ਰੋਕਣਾ ਕਿ ਆਪਾਂ ਸਿਰਫ ਟਿਕਟਾਂ ਕੱਟ ਕੇ ਪੈਸੇ ਜਿਹੜੇ ਇਕੱਠੇ ਕਰਨ ਦੇ ਲਈ ਸਾਰਾ ਕੁਝ ਕਰ ਰਹੇ ਆ ਸੋ ਬਹੁਤ ਕੁਝ ਇਹਨਾਂ ਮਾਮਲਿਆਂ ਦੇ ਉੱਤੇ ਹੋਣਾ ਚ ਇਹ ਉਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਆ ਜਿਹੜੇ ਮਾਤੜ ਆ ਇੱਕ ਭਾਜਪੀ ਦਾ ਸੰਸਦ ਮਬਰ ਵੀ ਆ ਉਹਦੇ ਕਨੇ ਵੀ ਰਿਸ਼ਤੇਦਾਰਾਂ ਦੇ 12 13 ਮੈਂਬਰ ਵੀ ਇਸ ਜਹਾਨ ਤੋਂ ਕੂਚ ਕਰ ਗਏ ਇਸ ਹਾਰਸੇ ਦੇ ਵਿੱਚ ਦੁੱਖ ਸਾਨੂੰ ਉਹਨਾਂ ਦਾ ਵੀ ਆ ਦੁੱਖ ਸਾਨੂੰ ਸਾਰਿਆਂ ਦਾ ਪਰ ਗੱਲ ਇਹ ਆ ਵੀ ਇਹ ਹਾਰਸਾ ਵਾਪਰਿਆ ਕਿਉਂ ਆ ਇਹ ਪ੍ਰਸ਼ਾਸਨਿਕ ਅਣਗੈਲੀ ਦੇ ਕਰਕੇ ਕੀਤੇ ਗਏ ਕਤਲਾਂ ਦਾ ਰੂਪ ਆ ਇਹ ਜੋ ਸਬੰਧਤ ਕੰਪਨੀ ਆ ਉਹਦੇ ਵੱਲੋਂ ਰੁਪਈਏ ਕਮਾਉਣ ਦੀ ਖਾਤਰ ਕੀਤੇ ਗਏ ਸਾਰੇ ਕਾਰਨਾਮੇ ਦਾ ਨਤੀਜਾ ਸੋ ਦੁੱਖ ਹੁੰਦਾ ਇਹਨਾਂ ਗੱਲਾਂ ਨੇ ਉੱਤੇ ਵੀ ਭਾਈ ਭਾਰਤ ਦੇ ਵਿੱਚ ਕੀ ਚੱਲਦਾ ਤੇ ਇਸ ਤੋਂ ਵੱਡਾ ਦੁੱਖ ਇਸ ਗੱਲ ਦਾ ਵੀ ਰਾਜਨੀਤੀ ਇਸ ਮਸਲੇ ਤੇ ਸਿਖਰ ਨਹੀਂ ਹੋ ਗਈ ਆ ਜਿਹੜੀਆਂ ਕਈ ਪਾਰਟੀਆਂ ਉਹ ਇਹ ਗੱਲ ਕਹਿ ਰਹੀਆਂ ਜੀ ਕਿ ਹੁਣ ਤਾਂ ਇਸ ਵੇਲੇ ਤਤੇਗਾ ਆਪਾਂ ਤੰਦੂਰ ਤਪਿਆ ਹੋਇਆ ਸਿਵੇ ਬਲ ਰਹੇ ਆ ਇਹਦੇ ਉੱਤੇ ਆਪਦੀ ਰਾਜਨੀਤੀ ਦੀਆਂ ਰੋਟੀਆਂ ਸੇਕ ਲਈਏ ਕਿਉਂਕਿ ਗੁਜਰਾਤ ਦੇ ਵਿੱਚ ਚੋਣਾ ਸਿਰ ਦੇ ਉੱਤੇ ਆ ਮੈਨੂੰ ਲੱਗਦਾ ਵੀ 2-4 ਜੜਾਂ ਦੇ ਵਿੱਚ ਚੋਣਾਂ ਦਾ ਐਲਾਨ ਹੋ ਜਾਣਾ ਸ਼ਾਇਦ ਅੱਜ ਕੱਲ ਇਹਦੇ ਵਿੱਚ ਹੀ ਹੋ ਜਾਂਦਾ ਪਰ ਇੰਨਾ ਵੱਡਾ ਹਾਰਸਾ ਵਾਪਰਨ ਕਰਕੇ ਇਹ ਤਰੀਕਾ ਅੱਗੇ ਪੈ ਗਈਆਂ ਕੀ ਗੁਜਰਾਤ ਦੇ ਵਿੱਚ ਬੀਜੇਪੀ ਨੂੰ ਇਸ ਘਟਨਾਕਰਮ ਤੋਂ ਬਾਅਦ ਇਸ ਹਾਰ ਸੇ ਤੋਂ ਬਾਅਦ ਸੱਟ ਵੱਜੂਗੀ ਕੀ ਵੱਜੀ ਉਹ ਹੀ ਸੱਟ ਦਾ ਫਾਇਦਾ ਆਮ ਆਰਮੀ ਪਾਰਟੀ ਨੂੰ ਮਿਲੂਗਾ ਜਾਂ ਫਿਰ ਕਾਂਗਰਸ ਨੂੰ ਮਿਲੂਗਾ ਹੱਥ ਜੋੜ ਕੇ ਬੇਨਤੀ ਸਾਰੇ ਹੀ ਨੇਤਾਵਾਂ ਦੇ ਮੂਹਰੇ ਵੀ ਮਰਨ ਵਾਲੇ ਮਰ ਗਏ ਤੁਹਾਡੀਆਂ ਅੰਗਲੀਆਂ ਦੇ ਕਰਕੇ ਜੋ ਕੁਝ ਹੁੰਦਾ ਸਾਰੀ ਦੁਨੀਆ ਜਾਣਦੀ ਆ ਤੁਸੀਂ ਵੇਲੇ ਸਿਰ ਜਕਰ ਸਾਰੇ ਪ੍ਰਬੰਧ ਸੁਲੱਖਣੇ ਕੀਤੇ ਹੁਣ ਤਾਂ ਇਦਾਂ ਦੀ ਹਾਰ ਸੇ ਵਾਪਰਨਾ ਡੂ 150 ਬੰਦਾ ਇਹਦਾ ਨਾ ਮਰੇ ਜਕਰ ਸਾਡੀਆਂ ਸਰਕਾਰਾਂ ਸਾਡਾ ਪ੍ਰਸ਼ਾਸਨ ਸਾਰਾ ਕੁਝ ਚੌਕਸ ਹੋਵੇ ਪਰ ਜਦੋਂ ਤੋਰੀ ਗਏ ਆ ਤਾਂ ਫਿਰ ਰੱਬ ਦਾ ਵਾਸਤਾ ਇਹਨਾਂ ਦੇ ਨਾਂ ਦੇ ਉੱਤੇ ਵੋਟਾਂ ਨਾ ਮੰਗਿਓ ਜੇਕਰ ਤੁਸੀਂ ਚਾਹੁੰਦੇ ਆ ਕਿ ਉਹਨਾਂ ਦੇ ਪਰਿਵਾਰਾਂ ਨੂੰ ਅਸੀਂ ਰਾਹਤ ਦੇਣੀ ਆ ਤਾਂ ਘਰਾਂ ਦੇ ਵਿੱਚ ਜਾ ਕੇ ਚਾਰ ਛਲੜ ਵੀ ਦੇ ਦਿਓ ਤੇ ਉਹਨਾਂ ਦੀ ਜ਼ਿੰਦਗੀ ਪਰ ਮਦਦ ਵੀ ਕਰਿਓ ਵੀ ਭਾਈ ਅਸੀਂ ਤੁਹਾਡੇ ਨਾਂ ਨੂੰ ਹੁਣ ਤੱਕ ਵਰਤਲੇ ਰਹੇ ਆ ਤੁਹਾਡੀ ਧੀ ਪੁੱਤ ਪੜਾਉਣ ਵਾਲਾ ਹੈ ਕਿ ਨਹੀਂ ਬਿਮਾਰ ਦਾ ਇਲਾਜ ਕਰਾਉਣ ਵਾਲਾ ਹੈ ਕਿ ਨਹੀਂ ਤੁਹਾਡੇ ਉੱਤੇ ਕਰਜ਼ਾ ਹੈ ਤਾਂ ਅਸੀਂ ਉਹ ਕਰਜ਼ਾ ਮੋੜਨ ਨੂੰ ਤਿਆਰ ਆ ਅਸੀਂ ਤੁਹਾਡੀਆਂ ਸਭੇ ਸਹੂਲਤਾਂ ਦਾ ਖਿਆਲ ਰੱਖਣ ਲਈ ਤਿਆਰ ਆ ਇਹ ਨਾ ਹੋਵੇ ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਦੁਸਹਿਰੇ ਦੇ ਮੌਕੇ ਹਾਰਸਾ ਜਿਹੜਾ ਵਾਪਰਿਆ ਸੀਗਾ ਤੇ ਉਹੀ ਕੁਝ ਇੱਥੇ ਹੋਵੇ ਕਿਉਂਕਿ ਉਹਨੂੰ ਕੋਈ ਚੇਤੇ ਨਹੀਂ ਕਰਦਾ ਇਹਨੂੰ ਬੋਰਬੀ ਵਾਲੇ ਨੂੰ ਵੀ ਕਿਸੇ ਨੇ ਚੇਤੇ ਨਹੀਂ ਕਰਨਾ ਤੁਸੀਂ ਦੇਖੋ 2-3 ਮਹੀਨੇ ਬਾਅਦ ਗੱਲ ਆਈ ਗਈ ਹੋ ਜਾਣੀ ਆ ਖਬਰਾਂ ਦੇ ਉੱਤੇ ਵਿਚਾਰੇ ਚੱਲਦੇ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਪਰ ਪਹਿਲਾਂ ਲੈਨਿੰਗ ਸ਼ੋਟ ਤੇ ਪਰ ਵਕਫੇ ਤੋਂ ਬਾਅਦ ਜੀ ਅਕਬਰ ਫਿਰ ਤੋਂ ਤੁਹਾਡਾ ਸਵਾਗਤ ਹੈ ਕੁਝ ਹੋਰ ਖਬਰਾਂ ਦੇ ਟਿੱਪਣੀਆਂ ਕਰਦੇ ਆ ਲੱਗੇ ਕੱਲ ਸੁਕੇਸ਼ ਚੰਦਰ ਨਾਂ ਦਾ ਠੱਗ ਵਿਅਕਤੀ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਆ ਉਹਦੇ ਵੱਲੋਂ ਕੁਝ ਕਿ ਨਵੇਂ ਖੁਲਾਸੇ ਕੀਤੇ ਗਏ ਆ ਸ਼ਾਇਦ ਤੁਹਾਨੂੰ ਚੇਤੇ ਨਾ ਹੋਵੇ ਸੁਕੇਸ਼ ਚੰਦਰ ਕੌਣ ਆ ਸੁਕੇਸ਼ ਚੰਦਰ ਇੱਕ ਇਹੋ ਜਿਹਾ ਠੱਗਾ ਜਿਹਨੇ ਪਤਾ ਹੀ ਨਹੀਂ ਕਿੰਨੇ ਕਰੋੜ ਰੁਪਏ ਇਧਰੋਂ ਉਧਰੋਂ ਇਧਰੋਂ ਉਧਰੋਂ ਕਰਕੇ ਤੇ ਜੇਬਾਂ ਭਰੀਆਂ ਉਹਦੀ ਮਿੱਤਰ ਜੈਕਲਿਨ ਫਰਨਾਂਡਿਸ ਜਿਹੜੀ ਕਿ ਫਿਲਮਾਂ ਵਾਲੀ ਆ ਕੁੜੀ ਉਹਦੇ ਕੋਲੋਂ ਵੀ ਕਈ ਵਾਰ ਪੁਸ਼ਕਿਸ਼ ਕੀਤੀ ਆ ਈਡੀ ਨੇ ਮਤਲਬ ਇਹ ਆ ਕਿ ਮਿੱਤਰ ਮੰਡਲੀ ਦੇ ਵਿੱਚ ਕਈ ਕੁਝ ਸ਼ਾਮਿਲ ਇਹੋ ਜਾ ਰਿਹਾ ਜਿਹਦੇ ਕਰਕੇ ਬੜਾ ਕੁਝ ਹੁਣ ਤੱਕ ਖਬਰਾਂ ਦੇ ਰੂਪ ਦੇ ਵਿੱਚ ਸਭ ਦੇ ਸਾਹਮਣੇ ਆਇਆ ਪਰ ਹੁਣ ਸੁਕੇਸ਼ ਚੰਦਰ ਇਸ ਕਰਕੇ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਉਹਨੇ ਦਿੱਲੀ ਦੇ ਉਪਰਾਜਪਾਲ ਸਾਹਿਬ ਨੂੰ ਇੱਕ ਚਿੱਠੀ ਲਿਖੀ ਆ ਕਿ ਆਮ ਆਰਮੀ ਪਾਰਟੀ ਦੇ ਮੇਰੇ ਕੋਲ 50 ਕਰੋੜ ਰੁਪਏ ਲਿਆ। ਉਹਨੇ ਇਹ ਗੱਲ ਕਹੀ ਆ ਕਿ 50 ਕਰੋੜ ਰੁਪਏ ਮੈਨੂੰ ਦੱਖਣ ਦੀ ਜ਼ਿੰਮੇਵਾਰੀ ਸੌਂਪਣ ਵਾਸਤੇ ਲਿਆ। ਉਹਨੇ ਇਹ ਗੱਲ ਕਹੀ ਆ ਕਿ 10 ਕਰੋੜ ਰੁਪਏ ਮੇਰੇ ਕੋਲੋਂ ਦਿੱਲੀ ਦੇ ਮੰਤਰੀ ਸਤੇਦਰ ਜੈਨ ਨੇ ਲਿਆ। ਇਹ ਜੇਲ੍ਹ ਦੇ ਵਿੱਚ ਮੈਨੂੰ ਸਾਰੀਆਂ ਸਹੂਲਤਾਂ ਸਾਰੀਆਂ ਸੁੱਖ-ਸੁਵਿਧਾਵਾ ਮਿਲਣਗੀਆਂ ਇਸ ਕਰਕੇ ਲਿਆ। ਹੁਣ ਇਸ ਗੱਲ ਦੇ ਉੱਤੇ ਰਾਜਨੀਤੀ ਛੜੂਗੀ ਹੋਂ ਦੇ ਸਮੇਂ ਦੇ ਵਿੱਚ। ਭਾਵੇਂ ਇਹਨੂੰ ਗੁਜਰਾਤ ਨਾਲ ਜੋੜ ਦੋ, ਭਾਵੇਂ ਇਹਨੂੰ ਸੱਚ ਨਾਲ ਜੋੜ ਦੋ। ਪਰ ਜਿਹੜੀਆਂ ਗੱਲਾਂ ਚਿੱਠੀ ਦੇ ਰੂਪ ਦੇ ਵਿੱਚ ਲਿਖੀਆਂ ਕਿ ਸੱਚੀ-ਮੁੱਚੀ ਜੇਲ੍ਹ ਦੇ ਵਿੱਚ ਇਹ ਕੁ ਕੀ ਸੱਚੀ ਮੁੱਚੀ ਜਿਲਾਂ ਦੇ ਵਿੱਚ ਮੌਜਾ ਮਾਨਦੇ ਲੋਕ ਕੀ ਸੱਚੀ ਮੁੱਚੀ ਜਿਲਾਂ ਦੇ ਵਿੱਚ ਆ ਆ ਕੁਝ ਹੁੰਦਾ ਰਿਹਾ ਤੇ ਹੁੰਦਾ ਰਹੂਗਾ ਪੰਜਾਬ ਦੇ ਵਿੱਚ ਅਸੀਂ ਤਾਂ ਨਹੀਂ ਗੱਲਾਂ ਸੁਣਦੇ ਆ ਪਰ ਦਿੱਲੀ ਵਰਗੀ ਰਾਜਧਾਨੀ ਦੇ ਜਿਲਾਂ ਦੇ ਵਿੱਚ ਆ ਕੁਝ ਜ਼ਿਕਰ ਹੁੰਦਾ ਤਾਂ ਸ਼ਰਮਨਾਕ ਆ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਦੀ ਹਾਲੇ ਤੱਕ ਸਫਾਈ ਨਹੀਂ ਆਈ ਸੁਕੇਸ਼ ਚੰਦਰਾ ਜਿਹੜਾ ਉਹਦਾ ਮੈਂ ਮੰਨਦਾ ਕਿ ਠੱਗ ਹੋਣ ਕਰਕੇ ਆਪਦਾ ਕਿਰਦਾਰ ਬਹੁਤਾ ਵਧੀਆ ਨਹੀਂ ਪਰ ਗੱਲ ਇਹ ਵੀ ਜਿਹੜੀ ਉਹਨੇ ਚਿੱਠੀ ਫਰਲਾ ਲਿਖ ਕੇ ਮਾਰਿਆ ਇਹ ਉਸ ਫਰਲੇ ਦੇ ਵਿੱਚ ਕਈ ਗੱਲਾਂ ਮਹੱਤਵਪੂਰਨ ਲਿਖੀਆਂ ਪਹਿਲਾਂ ਇਸ ਰਿਪੋਰਟ ਦਾ ਸੰਖੇਪ ਦੇ ਵਿੱਚ ਵੇਰਵਾ ਤੇ ਫਿਰ ਕਰਾਂਗਾ ਟਿੱਪਣੀ ਜੇਲ੍ਹ ਦੇ ਵਿੱਚ ਬੰਦ ਠੱਗ ਸੁਕੇਸ਼ ਚੰਦਰ ਸ਼ੇਖਰ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸ਼ਖਸੇਨਾਂ ਨੂੰ ਚਿੱਠੀ ਲਿਖ ਕੇ ਆਮ ਆਦਮੀ ਪਾਰਟੀ ਸਰਕਾਰ ਦੇ ਮੰਤਰੀ ਸੁਤੇਂਦਰ ਜੈਨ ਦੇ ਬਾਰੇ ਵੱਡਾ ਦਾਵਾ ਕੀਤਾ ਸੁਕੇਸ਼ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਸੁਰੱਖਿਆ ਤੇ ਸਹੂਲਤ ਦੇ ਨਾਂ 'ਤੇ ਉੱਤੇ ਜੈਨ ਨੇ 10 ਕਰੋੜ ਰੁਪਏ ਵਸੂਲਿਆ ਸੀ ਇਹ ਰਕਮ ਉਸ ਦੇ ਇੱਕ ਕਰੀਬੀ ਦੇ ਜ਼ਰਗੇ ਲਈ ਗਈ ਸੁਕੇਸ਼ ਨੇ ਦਾਵਾ ਕੀਤਾ ਕਿ ਉਸ ਨੇ ਆਮ ਆਦਮੀ ਪਾਰਟੀ ਨੂੰ 50 ਕਰੋੜ ਰੁਪਏ ਵੀ ਦਿੱਤਾ ਸੀ ਇਹਦੇ ਬਦਲੇ ਪਾਰਟੀ ਨੇ ਦੱਖਣ ਭਾਰਤ ਦੇ ਵਿੱਚ ਜ਼ਿੰਮੇਵਾਰੀ ਸੌਂਪਣ ਦਾ ਵਾਅਦਾ ਕੀਤਾ ਸੀ ਸੁਕੇਸ਼ ਚੰਦਰ 2017 ਤੋਂ ਮੰਡੋਲੀ ਦੀ ਜੇਲ੍ਹ ਦੇ ਵਿੱਚ ਬੰਦ ਹੈ ਇਸੇ ਦਰਮਿਆਨ ਉਹਨੂੰ ਤਿਹਾਰ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਸੀ ਸੋਕੇਸ਼ ਨੇ ਹਾਈ ਕੋਰਟ ਦੇ ਵਿੱਚ ਵੀ ਸਤੇਂਦਰ ਜੈਨ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਇਸ ਤੇ ਅਗਲੇ ਮਹੀਨੇ ਸੁਣਵਾਈ ਹੋਵੇਗੀ ਆਮ ਆਰਮੀ ਪਾਰਟੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਵੀ منی ਲਾਂਡਰਿੰਗ ਦੇ ਮਾਮਲੇ ਦੇ ਵਿੱਚ 6 ਮਹੀਨੇ ਤੋਂ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਚਿੱਠੀ ਦੇ ਵਿੱਚ ਉਹਨੇ ਲਿਖਿਆ ਕਿ ਮੈਂ ਸਤੇਂਦਰ ਜੈਨ ਆਮ ਆਰਮੀ ਪਾਰਟੀ ਤੇ ਜੇਲ੍ਹ ਦੇ ਡੀਜੀਪੀ ਸੰਦੀਪ ਗੋਇਲ ਨੂੰ ਕੀਤੀ ਗਈ ਪੇਮੈਂਟ ਦੀ ਸਾਰੀ ਜਾਣਕਾਰੀ ਸੀਬੀਆਈ ਦੀ ਜਾਂਚ ਟੀਮ ਨੂੰ ਦਿੱਤੀ ਸੀ ਤੇ ਦਿੱਲੀ ਹਾਈ ਕੋਰਟ ਦੇ ਵਿੱਚ ਸੀਬੀਆਈ ਪੜਤਾਲ ਦੇ ਲਈ ਪਟੀਸ਼ਨ ਵੀ ਦਾਖਲ ਕੀਤੀ। ਸਤੇਂਦਰ ਜੈਨ ਜੋ ਕਿ ਤਿਹਾਰ ਦੇ ਵਿੱਚ ਬੰਦ ਹੈ ਉਸ ਨੇ ਮੈਨੂੰ ਡਰਾਇਆ ਤੇ ਧਮਕਾਇਆ ਤਾਂ ਕਿ ਮੈਂ ਆਪਣੀ ਸ਼ਿਕਾਇਤ ਵਾਪਸ ਲਵਾਂ। 2017 ਤੋਂ ਮੈਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਹਾਂ। ਮੈਂ ਸਤੇਂਦਰ ਜੈਨ ਨੂੰ 2015 ਤੋਂ ਜਾਣਦਾ ਹਾਂ ਤੇ ਮੈਂ ਆਮ ਆਦਮੀ ਪਾਰਟੀ ਨੂੰ 50 ਕਰੋੜ ਰੁਪਈਆ ਇਸ ਕਰਕੇ ਦਿੱਤਾ ਕਿ ਪਾਰਟੀ ਮੈਨੂੰ ਦਖਣ ਦੀ ਜ਼ਿੰਮੇਵਾਰੀ ਸੌਪੇਗੀ। ਜੇਲ੍ਹ ਦੇ ਵਿੱਚ ਸਤੇਂਦਰ ਜੈਨ ਕਈ ਵਾਰ ਮੈਨੂੰ ਮਿਲਣ ਆਏ ਜੋ ਉਸ ਸਮੇਂ ਜੇਲ੍ਹ ਮੰਤਰੀ ਸਨ। ਮੈਨੂੰ ਪੁੱਛਿਆ ਕਿ ਕੀ ਮੈਂ ਆਮ ਆਰਮੀ ਪਾਰਟੀ ਨੂੰ ਦਿੱਤੇ ਗਏ ਪੈਸਿਆਂ ਬਾਰੇ ਈਡੀ ਨੂੰ ਕੁੰਝਿਆ 2019 ਦੇ ਵਿੱਚ ਸੁਤੇਂਦਰ ਜੈਨ ਦੁਬਾਰਾ ਮੈਨੂੰ ਮਿਲਣ ਆਇਆ ਉਸਦੇ ਸੈਕਟਰੀ ਨੇ ਮੈਨੂੰ ਕਿਹਾ ਕਿ ਜੇਲ੍ਹ ਦੇ ਵਿੱਚ ਸੁਰੱਖਿਆ ਤੇ ਜ਼ਰੂਰਤ ਦਾ ਸਮਾਨ ਹਾਸਲ ਕਰਨ ਦੇ ਲਈ ਹਰ ਮਹੀਨੇ 2 ਕਰੋੜ ਰੁਪਏ ਦੇਣਾ ਪਵੇਗਾ 2-3 ਮਹੀਨਿਆਂ ਦੇ ਅੰਦਰ ਹੀ ਮੇਰੇ ਤੇ ਦਬਾਅ ਪਾ ਕੇ 10 ਕਰੋੜ ਰੁਪਏ ਵਸੂਲਿਆ ਗਿਆ ਇਹ ਸਾਰੀ ਰਕਮ ਕੋਲਕਾਤਾ ਦੇ ਵਿੱਚ ਸੁਤੇਂਦਰ ਜੈਨ ਦੇ ਕਰੀਬੀ ਚਤਰਵੇਦੀ ਦੇ ਜ਼ਰਗੇ ਵਸੂਲੀ ਗਈ ਮੈਂ ਸੁਤੇਂਦਰ ਜੈਨ ਨੂੰ 10 ਕਰੋੜ ਰੁਪਏ ਤੇ ਡੀਜੀ ਜੇਲ ਸੰਦੀਪ ਗੋਇਲ ਨੂੰ 12.5 ਕਰੋੜ ਰੁਪਏ ਦਿੱਤਾ ਈਡੀ ਨੂੰ ਮੈਂ ਜੇਲ ਡੀਜੀ ਨੂੰ ਦਿੱਤੇ ਗਏ ਸਾਰੇ ਪੈਸਿਆਂ ਤੇ ਜੇਲ ਪ੍ਰਸ਼ਾਸਨ ਦੇ ਰੈਕਡ ਤੇ ਬਾਰੇ ਦੱਸਿਆ ਹੋਇਆ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਕਿ ਸਤੇਂਦਰ ਜੈਨ ਨੂੰ ਲੱਗੇ ਕੱਲ 2-3 ਖਬਰਾਂ ਦਾ ਇਕੱਠਾ ਘੇਰਾ ਪਿਆ ਇੱਕ ਪਾਸੇ ਸਤੇਂਦਰ ਜੈਨ ਦੀ ਮੁਸ਼ਕਲ ਦੇ ਵਿੱਚ ਉਸ ਕੇਸ਼ਚੰਦਰ ਦੀ ਸ਼ਾਇਰੀ ਚੱਠੀ ਦਾ ਵਾਅਦਾ ਕਰਨਾ ਹੋਵੇ ਜਾਂ ਕਰ ਦਿੱਤਾ ਹੋਵੇ ਦੂਜੇ ਪਾਸੇ ਵੀ ਪਤਾ ਲੱਗਾ ਜੀ ਕਿ ਈਡੀ ਦੇ ਵੱਲੋਂ ਯਾਨੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਦਿੱਲੀ ਦੀ ਇੱਕ ਅਦਾਲਤ ਦੇ ਵਿੱਚ ਬਿਆਨ ਦਰਜ ਕਰਵਾਇਆ ਗਿਆ ਕਿਸਤੇ ਦੇ ਅੰਦਰ ਜੈਨ ਨੂੰ ਜੇਲ੍ਹ ਦੇ ਵਿੱਚ ਮ사ਜਾਂ ਦੀ ਸਹੂਲਤ ਮਿਲ ਰਹੀ ਹੈ। ਉਹਨੂੰ ਵੀ ਵੀ ਆਈ ਪੀ ਟ੍ਰੀਟਮੈਂਟ ਮਿਲ ਰਿਹਾ। ਉਹਨਾਂ ਨੇ ਇੱਕ ਵੀਡੀਓ ਵੀ ਕਨੇ ਬੀ ਦਾਖਲ ਕਰਵਾਈ ਹੈ। ਉਹਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਕਿਸ ਤਰੀਕੇ ਨਾਲ ਉਹਨੂੰ ਸਹੂਲਤਾਂ ਮਿਲ ਰਹੀਆਂ। ਕੀ ਕੁਝ ਅੰਦਰ ਚੱਲ ਰਿਹਾ? ਕਿਵੇਂ ਮ사ਜਾਂ ਹੋ ਰਹੀਆਂ? ਕਿਵੇਂ ਫਲ ਮਿਲ ਰਿਹਾ? ਕਿਵੇਂ ਸਲਾਦ ਮਿਲ ਰਿਹਾ? ਕਿਵੇਂ ਸਰਾਣਿਆਂ ਦੇ ਕਵਰ ਬਦਲੇ ਜਾ ਰਹੇ ਆ? ਕਿਵੇਂ ਬਿਡਦੀਆਂ ਚਾਦਰਾਂ ਬਦਲੀਆਂ ਜਾ ਰਹੀਆਂ? ਕਿਵੇਂ ਉਸ ਸੈੱਲ ਦੇ ਵਿੱਚ ਸਾਫ ਸਫਾਈ ਦਾ ਕੰਮ ਚੱਲ ਰਿਹਾ? ਮਤਲਬ ਇਹ ਆ ਕਿ ਈਡੀ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਜਾਣਕਾਰੀ ਕਿਸੇ ਵਿਰੋਧੀ ਪਾਰਟੀ ਦੇ ਵੱਲੋਂ ਜਾਣਕਾਰੀ ਦੀ ਸਾਂਝੀ ਕੀਤੀ ਗਈ। ਸੋ ਵਕਤ ਦੱਸੋਗਾ ਜੀ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਕੀ ਕਹਿੰਦੀ ਆ? ਪਰ ਇਸ ਮਾਮਲੇ ਦੇ ਉੱਤੇ ਜੈਨ ਨੂੰ ਇੱਕ ਵਾਰ ਕੀ ਰਾਜ਼ੂਰ ਪਿਆ। ਕੁਝ ਲੋਕ ਇਹ ਵੀ ਗੱਲ ਕਹਿੰਦੇ ਕਿ ਇਸ ਗੱਲ ਦਾ ਅਸਰ ਗੁਜਰਾਤ ਦੀਆਂ ਚੋਣਾਂ ਦੇ ਉੱਤੇ ਪਾਉਣ ਦੀ ਸ਼ਾਇਦ ਕੋਸ਼ਿਸ਼ ਹੋਵੇ। ਪਰ ਇਹ ਵਕਤ ਨੇ ਬਿਆਨ ਕਰਨਾ ਪਰ ਫਿਲਹਾਲ ਇਹ ਗੱਲ ਚਿੰਤਾਜਨਕ ਜ਼ਰੂਰ ਆ ਕਿ ਭਾਈ ਜੇਕਰ ਜ਼ਿਲ੍ਹਿਆਂ ਦੇ ਵਿੱਚ ਦਿੱਲੀ ਦੇ ਵਿੱਚ ਵੀ ਤਿਹਾੜ ਜ਼ਿਲ੍ਹਿਆਂ ਦੇ ਵਿੱਚ ਵੀ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਕੁਝ ਹੁੰਦਾ ਤਾਂ ਭਾਈ ਮਾੜੀ ਆ। ਪੰਜਾਬ ਦੇ ਗਜ਼ਲਾਂ ਦੇ ਵਿੱਚ ਅਸੀਂ ਪੁਲਿਸ ਅਧਿਕਾਰੀਆਂ ਨੂੰ ਅੰਦਰ ਨਸ਼ਾ ਲੈ ਜਾਂਦੇ ਹੋਏ ਦੇਖਦੇ ਹਾਂ ਕੋਈ ਬੀੜੀਆਂ ਦੇ ਨਾਲ ਜੇ ਭਰ ਕੇ ਲਈ ਜਾਂਦਾ ਕੋਈ ਜਰਦੇ ਦੀਆਂ ਪੁੜੀਆਂ ਦੇ ਨਾਲ ਪੈਂਟ ਦੀ ਜੇ ਭਰ ਕੇ ਲਈ ਜਾਂਦਾ ਕੋਈ ਸਲਫਾ ਸੂਟਾ ਲਈ ਜਾਂਦਾ ਕੋਈ ਚਟਾ ਲਈ ਜਾਂਦਾ ਕੋਈ ਮੋਬਾਈਲ ਲਈ ਜਾਂਦਾ ਪਰ ਜੇਕਰ ਦਿੱਲੀ ਦੇ ਵਿੱਚ ਵੀ ਇਹ ਕੁਝ ਹੈ ਤੇ ਫਿਰ ਤਾਂ ਭਾਈ ਰਾਬੀ ਰੱਖਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ ਕਿ ਅਸੀਂ ਸਿੱਧੂ ਮੂਸੇਵਾਲਾ ਕਤਲकांड ਦੇ ਮਾਮਲੇ ਦੇ ਵਿੱਚ ਜਿੰਨੀ ਵੀ ਕਾਰਵਾਈ ਕਰ ਸਕਦੇ ਹਾਂ ਉਹ ਨਹੀਂ ਕੀਤੀ ਹੈ ਤੇ ਜੋ ਬਣਦੀ ਕਾਰਵਾਈ ਪਵੱਖ ਦੇ ਵਿੱਚ ਹੋਊਗੀ ਉਹ ਵੀ ਸਾਹਮਣੇ ਹੋਊਗੀ ਉਹਨਾਂ ਨੇ ਕਹਿ ਜੀ ਕਿ ਇਸ ਵਕਤ ਸਾਰੇ ਹੀ ਮਲਜ਼ਮ ਫੜੇ ਗਏ ਆ ਸਾਰੇ ਹੀ ਕਾਤਲ ਫੜੇ ਗਏ ਆ ਜਿਹੜਾ ਨਾਲ ਸਬੰਧ ਰੱਖਣ ਵਾਲੇ ਲੋਕ ਉਹ ਵੀ ਫੜੇ ਗਏ ਆ ਪਰ ਇਹ ਆ ਕਿ ਇਸ ਮਾਮਲੇ ਦੇ ਵਿੱਚ ਗਲਤ ਪ੍ਰਚਾਰ ਨਹੀਂ ਹੋਣਾ ਚਾਹੀਦਾ ਭਗਵੰਤ ਮਾਨ ਨੇ ਗੱਲ ਕਹੀ ਆ ਕਿ ਸਿੱਧੂ ਮੂਸੇਵਾਲਾ ਜਾਂ ਹੋਰ ਕਿਸੇ ਦਾਲ ਵੀ ਬਹੁਤ ਵੱਡੀ ਜਿਆਦਤੀ ਜਿਹੜੀ ਵੀ ਹੋਈ ਆ ਉਸ ਮਾਮਲੇ ਦੇ ਵਿੱਚ ਸੂਬੇ ਦੀ ਸਰਕਾਰ ਸਹੀ ਇਨਸਾਫ ਪੀੜਤਾ ਨੂੰ ਦਿਵਾਉਣ ਵਾਸਤੇ ਵਚਨਬੱਧ ਸੀ ਹੈ ਤੇ ਰਹੂਗੀ ਕੀ ਭਗਵੰਤ ਮਾਨ ਦੇ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ ਆ ਕਿ ਅਸੀਂ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਕੀ ਕੀ ਕੁਝ ਕੀਤਾ ਤੇ ਕਰਵਾਇਆ ਇਹਦੇ ਤੋਂ ਪੀੜਤ ਪਰਿਵਾਰ ਸੰਤੁਸ਼ਟ ਹੋਊਗਾ ਕਿ ਇਸ ਤੋਂ ਬਾਅਦ ਗੱਲ ਸਮਾਪਤ ਹੋ ਜੂਗੀ ਜਾਂ ਜੋ 25 ਨਵੰਬਰ ਤੱਕ ਦਾ ਅਲਟੀਮੇਟਮ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਜਾਰੀ ਕੀਤਾ ਗਿਆ ਕਿ ਜੇ ਤਾਂ ਇਨਸਾਫ ਮਿਲ ਗਿਆ ਠੀਕ ਆ ਨਹੀਂ ਤਾਂ ਮੈਂ ਐਫ ਆਈ ਆਰ ਵਾਪਸ ਲੈ ਕੇ ਦੇਸ਼ ਛੱਡ ਦੇਣਾ ਕਿ ਇਹ ਨੋਬਤ ਆਊਗੀ ਇਸ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਪਰ ਸਿੱਧੂ ਦੇ ਪਿਤਾ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਆਖਰੀ ਦਮ ਤੱਕ ਲੜਾਂਗੇ ਇਨਸਾਫ ਦੀ ਭਾਲ ਦੇ ਵਿੱਚ ਹਾਂ ਤੇ ਰਹਾਂਗੇ ਉਸ ਤੋਂ ਕੁਲੀ ਗੱਲ ਇਹ ਆ ਵੀ ਲੰਘੇ ਕੱਲ ਸਲਮਾਨ ਖਾਨ ਦੇ ਸਿਕਿਉਰਿਟੀ ਦੇ ਵਿੱਚ ਵਾਦਾ ਹੋਇਆ ਜਾਣਦੇ ਆਪਾਂ ਸਾਰੇ ਹੀ ਆ ਕਿ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਸਲਮਾਨ ਖਾਨ ਦੇ ਘਰ ਦੀ ਰੇਕੀ ਵੀ ਕਰਵਾਈ ਗਈ ਸਲਮਾਨ ਖਾਨ ਨੂੰ ਮਾਰਨ ਦੇ ਪ੍ਰੋਗਰਾਮ ਵੀ ਬਣਾਏ ਗਏ ਸੀ ਸੋ ਇਸ ਕਰਕੇ احتیاط ਦੇ ਤੌਰ ਦੇ ਉੱਤੇ ਉਹਦੀ ਸਿਕਿਉਰਿਟੀ ਦੇ ਵਿੱਚ ਵਾਦਾ ਕੀਤਾ ਗਿਆ ਵਾਈ ਪਲੱਸ ਸਿਕਿਉਰਿਟੀ ਦਿੱਤੀ ਗਈ ਆ ਉਧਰ ਪਤਾ ਲੱਗਾ ਕਿ ਕਿਰਨ ਖੇਰ ਦੇ ਘਰ ਵਾਲੇ ਅਨੁਪਮ ਖੇਰ ਦੀ ਵੀ ਸਿਕਿਉਰਿਟੀ ਦਾ ਵਾਦਾ ਹੋਇਆ ਪਰ ਪ੍ਰਧਾਨ ਮੰਤਰੀ ਸਾਹਿਬ ਨੂੰ ਅੰਬਖਾਨ ਦੇ ਬਾਰੇ ਸਵਾਲ ਕਰਨ ਵਾਲੇ ਅਕਸ਼ੇ ਕੁਮਾਰ ਨੇ ਵੀ ਸਿਕਿਉਰਿਟੀ ਦਾ ਵਾਅਦਾ ਕੀਤਾ ਗਿਆ ਯਾਨੀ ਕਿ ਇਸ ਵਕਤ ਸਿਕਿਉਰਿਟੀ ਗੰਨੇ ਵਿੱਚ ਵਾਅਦੇ ਦਾ ਸਮਾਂ ਚੱਲ ਰਿਹਾ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਤੇ ਫਿਰ ਕਰਾਂਗੇ ਟਿੱਪਣੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਮੁੰਬਈ ਪੁਲਿਸ ਦੇ ਵੱਲੋਂ ਵਾਈਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਦਰਅਸਲ ਸਲਮਾਨ ਖਾਨ ਨੂੰ ਕਾਫੀ ਸਮੇਂ ਤੋਂ ਜਾਨ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਗਿਆ ਉਹਨਾਂ ਨੂੰ ਧਮਕੀਆਂ ਉਸੇ ਗੈਂਗ ਤੋਂ ਮਿਲ ਰਹੀਆਂ ਨੇ ਜਿਨ੍ਹਾਂ ਦੇ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਸੁਲਮਾਨ ਖਾਨ ਦੇ ਨਾਲ ਨਾਲ ਮਹਾਰਾਸ਼ਟਰ ਸਰਕਾਰ ਨੇ ਅਕਸ਼ੇ ਕੁਮਾਰ ਤੇ ਅਨਪਮ ਖੇਰ ਦੇ ਵੀ ਸੁਰੱਖਿਆ ਦੇ ਵਿੱਚ ਵਾਅਦਾ ਕੀਤਾ ਹੈ। ਉਹਨਾਂ ਨੂੰ ਐਕਸ ਕੈਟਾਗਰੀ ਦੇ ਸਿਕਿਉਰਿਟੀ ਮਿਲੀ ਹੈ। ਇਹ ਸੁਰੱਖਿਆ ਕੈਟਾਗਰੀ ਦੇ ਵਿੱਚ ਜਾਨੀ ਕਿ ਵਾਈ ਪਲੱਸ ਦੇ ਵਿੱਚ ਕੁੱਲ 11 ਲੋਕ ਹੁੰਦੇ ਨੇ ਜਿਨ੍ਹਾਂ ਵਿੱਚ ਦੋ ਕਮਾਂਡੋ ਤੇ ਦੋ ਪੀਐਸਓ ਸ਼ਾਮਲ ਹੁੰਦੇ ਨੇ ਤੇ ਬਾਕੀ ਹੋਰ ਪੁਲਿਸ ਕਰਮਚਾਰੀ ਹੁੰਦੇ ਨੇ ਜਾਨੀ ਕਿ ਹੁਣ 11 ਜਵਾਨ ਹਰ ਸਮੇਂ ਸੁਲਮਾਨ ਖਾਨ ਦੀ ਸੁਰੱਖਿਆ ਦੇ ਵਿੱਚ ਤਾਇਨਾਤ ਰਹਿਣਗੇ। ਸੁਲਮਾਨ ਦੇ ਪਿਤਾ ਸਲੀਮ ਮਾਰਨਿੰਗ ਵਕਤ ਦੇ ਉੱਤੇ ਨਿਕਲੇ ਸਨ। ਵਕਤ ਤੋਂ ਬਾਅਦ ਸਲੀਮ ਖਾਨ ਨੂੰ ਇੱਕ ਅਗਿਆਤ ਚਿੱਠੀ ਮਿਲੀ ਜਿਹਦੇ ਵਿੱਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਸਲੀਮ ਸਲਮਾਨ ਬਹੁਤ ਜਲਦ ਤੁਹਾਡਾ ਹਾਲ ਮੂਸੇ ਵਾਲੇ ਵਾਲਾ ਹੋਵੇਗਾ ਇਸ ਤੋਂ ਬਾਅਦ ਸਲੀਮ ਖਾਨ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਪੁਲਿਸ ਦੇ ਨਾਲ ਸੰਪਰਕ ਕੀਤਾ ਸੀ ਇਸ ਤੋਂ ਪਹਿਲਾਂ ਵੀ ਲਾਰੈਂਸ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ ਤੇ ਉਸ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਕਈ ਤਰ੍ਹਾਂ ਦੀਆਂ ਪੁਲਿਸ ਕਾਰਵਾਈਆਂ ਦੀਆਂ ਖਬਰਾਂ ਵੀ ਆਈਆਂ ਤੇ ਸਲਮਾਨ ਨੂੰ ਮਾਰਨ ਦੀ 4 ਵਾਰ ਲਾਰੈਂਸ ਗਰੁੱਪ ਦੇ ਵੱਲੋਂ ਪਲੈਨਿੰਗ ਕੀਤੀ ਗਈ ਇਸ ਖਬਰ ਦੇ ਉੱਤੇ ਟਿੱਪਣੀ ਕਰ ਲੈ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਬਹੁਤ ਸਾਰੇ ਗੈਂਗਸਟਰ ਗਰੁੱਪ ਇਹੋ ਜਿਹੇ ਆ ਜਿਹੜੇ ਕਿਸੇ ਵੱਡੇ ਨਾਮਵਰ ਬੰਦੇ ਨੂੰ ਮਾਰ ਕੇ ਤੇ ਬਾਅਦ ਦੇ ਵਿੱਚ ਮੰਡੀ ਦੇ ਵਿੱਚ ਆਪਣਾ ਨਾਂ ਵੱਡਾ ਕਰਕੇ ਵੇਚਦੇ ਆ ਵੀ ਅਸੀਂ ਉਹਨੂੰ ਮਾਰਿਆ ਤੇ ਬਾਕੀ ਕੰਮੜਨ ਲੱਗ ਪਏ ਤੇ ਉਹਨਾਂ ਦੇ ਕੋਲੋਂ ਫਰੋਤੀਆਂ ਦੀ ਫਿਰ ਕੀਮਤ ਵੱਧ ਜਾਂਦੀ ਆ ਫਰੋਤੀਆਂ ਵੱਧ ਜਾਂਦੀਆਂ ਸੋ ਇਹ ਕੁਝ ਪਿਛਲੇ ਲੰਮੇ ਸਮੇਂ ਤੋਂ ਹੋ ਰਿਹਾ ਪਿਛਲੇ ਦਿਨੀ ਇੱਕ ਰਿਪੋਰਟ ਆਈ ਸੀ ਕਿ ਜੇਲ੍ਹ ਦੇ ਵਿੱਚ ਬੈਠਾ ਇੱਕ ਗੈਂਗਸਟਰ ਮਹੀਨੇ ਦੇ ਕਿੰਨੇ ਲੱਖ ਰੁਪਏ ਕਮਾ ਰਿਹਾ ਜੇਕਰ ਜੇਲ੍ਹ ਦੇ ਵਿੱਚ ਬੈਠਾ ਹੋਦਾ ਇੰਨਾ ਵੱਡਾ ਕਾਰੋਬਾਰ ਚੱਲਦਾ ਉਹਨੂੰ ਬਾਹਰ ਆਉਣ ਦੀ ਜ਼ਰੂਰਤ ਕੀ ਆ ਬਾਹਰ ਆਊਗਾ ਖਤਰਾ ਕਈ ਤਰ੍ਹਾਂ ਦਾ ਅੰਦਰ ਦਫ਼ਤਰਲੇ ਤੌਰ ਦੇ ਲੋਕ ਸਾਰਾ ਕੰਮ ਕਾਜ ਕਰ ਰਹੇ ਆ ਸੋ ਇਹ ਆ ਜੀ ਵੇਲਾ ਜਦੋਂ ਕਿ ਪੰਜਾਬ ਮੁੰਬਈ ਤੇ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਗੈਂਗਸਟਰਾਂ ਨੇ ਬੋਲ ਬਲੇ ਆ ਸੋ ਵਕਤ ਦੱਸੂਗਾ ਬਣਦਾ ਕੀ ਆ ਪਰ ਸਲਮਾਨ ਖਾਨ ਦੀ ਤੇ ਬਾਕੀਆਂ ਦੀ ਸਿਕਿਉਰਿਟੀ ਦਾ ਵਾਦਾ ਹੋਇਆ ਤੇ ਪੰਜਾਬ ਦੇ ਲੋਕਾਂ ਨੇ ਮੰਦ ਵਿੱਚ ਸਵਾਲ ਆ ਵੀ ਇੱਧਰ ਸਿਕਿਉਰਿਟੀ ਦਾ ਵਾਦਾ ਕੀਤਾ ਗਿਆ ਜੇਕਰ ਸਿੱਧੂ ਮੂਸੇਵਾਲੇ ਦੀ ਉਦੋਂ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਨਾ ਕੀਤੀ ਜਾਂਦੀ ਤਾ ਸ਼ਾਇਦ ਅੱਜ ਵਾਲਾ ਸਮਾਂ ਨਾ ਆਉਂਦਾ ਮਾਪਿਆਂ ਦੇ ਮੰਨ ਦੇ ਵਿੱਚ ਵੀ ਇਹੀ ਸਵਾਲ ਆ ਤੇ ਪ੍ਰਸ਼ੰਸਕਾਂ ਦੇ ਮੰਨ ਦੇ ਵਿੱਚ ਵੀ ਪੱਤਰਕਾਰਾਂ ਦੇ ਮੰਨ ਦੇ ਵਿੱਚ ਵੀ ਤੇ ਆਲੋਚਕਾਂ ਦੇ ਮੰਨ ਦੇ ਵਿੱਚ ਵੀ ਕਿ ਭਾਈ ਆਹ ਕੁਝ ਤਾਂ ਗਲਤ ਕੀਤਾ ਗਿਆ ਇਹਦਾ ਤਾਂ ਨਹੀਂ ਸੀ ਹੋਣਾ ਚਾਹੀਦਾ ਪਰ ਸਮੇਂ ਨੇ ਆਉਂਦੇ ਸਮੇਂ 'ਚ ਕੀ ਕਰਵਟ ਲੈਣੀ ਆ ਇਹ ਵਕਤ ਦੱਸੂਗਾ ਫਿਲਹਾਲ ਇਸ ਵੇਲੇ ਪੰਜਾਬ ਦੇ ਵਿੱਚ ਸਭ ਕੁਝ ਸੁੱਖੀ ਥਾਂ ਦੀ ਰਵੇ ਪੰਜਾਬ ਦੇ ਵਿੱਚ ਕੁਝ ਵੀ ਅਨੁਸੁਖਾਵਾਂ ਨਾ ਵਾਪਰੇ ਇਹਦੀ ਅਸੀਂ ਅਰਦਾਸ ਕਰਦੇ ਆਂ ਤੇ ਪੰਜਾਬ ਦੇ ਵਿੱਚ ਜੋ ਇਸ ਵੇਲੇ ਮੰਦੀਆਂ ਖਬਰਾਂ ਆ ਰਹੀਆਂ ਕਦੇ ਉਧਰੋਂ ਤਣਾ ਵਾਲੀ ਕਦੇ ਉਧਰੋਂ ਤਣਾ ਵਾਲੀ ਕਦੇ ਇਧਰੋਂ ਤੇ ਕਦੇ ਇਧਰੋਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਵੀ ਇਨ੍ਹਾਂ ਖਬਰਾਂ ਨੂੰ ਪੜ ਕੇ ਫਿਕਰਮੰਦ ਹੁੰਦੇ ਆ ਸੋ ਪੰਜਾਬ ਦੇ ਵਿੱਚੋਂ ਠੰਡੀਆਂ ਹਵਾਵਾਂ ਦੇ ਬੋਲੇ ਉਧਰ ਜਾਣ ਇਹਦੀ ਅਸੀਂ ਕਾਮਨਾ ਕਰਦੇ ਆ ਖਬਰਾਂ ਦੇ ਉੱਤੇ ਵਿਚਾਰੇ ਚਰਚਾ ਹੋਰ ਵੀ ਹੋ ਸਕਦੀ ਸੀ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ